हेलो गाइस, ਸਤਿ ਸ਼੍ਰੀ ਅਕਾਲ। ਵੈਲਕਮ ਟੂ ਮਾਈ YouTube ਚੈਨਲ। ਮੈਂ ਤੁਹਾਡਾ ਆਪਣਾ ਦੋਸਤ ਚਰਨਜੀਤ ਸਿੰਘ, ਤੇ ਮੇਰੇ ਵੱਲੋਂ ਜਾਨੀ ਕਿ ਸਰਦਾਰ ਚਰਨਜੀਤ ਸਿੰਘ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਸਾਰਿਆਂ ਦਾ ਦਿਨ ਜਿਹੜਾ ਵਧੀਆ ਲੰਘੇ, ਸਾਲ ਜਿਹੜਾ ਖੁਸ਼ੀਆਂ ਭਰਿਆ ਲੰਘੇ ਸਾਰਿਆਂ ਨੂੰ। ਪਰਮਾਤਮਾ ਹਰ ਇੱਕ ਮੇਰੇ ਜਿਹੜੇ ਜਿੰਨੇ ਫਾਲੋਅਰ ਹੈਗੇ ਆ, ਜਿੰਨੇ ਵੀ ਮੇਰੇ ਸਬਸਕ੍ਰਾਈਬਰ ਹੈਗੇ ਆ, ਸਾਰਿਆਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰੇ। ਮੈਂ ਇਹੋ ਰੱਬ ਅੱਗੇ ਦੁਆਵਾਂ ਕਰਨਾ। ਇਹੋ ਹੀ ਇੱਕ ਮੇਰੀ ਜਿਹੜੀ ਆ ਛੋਟੀ ਜਿਹੀ ਬੇਨਤੀ ਆ ਪਰਮਾਤਮਾ ਅੱਗੇ, ਸਾਰੇ ਜਿਹੜੇ ਖੁਸ਼ ਰਹਿਣ, ਸਾਰੇ ਹੱਸਦੇ ਖੇਡਦੇ ਰਹਿਣ, ਸਾਰਿਆਂ ਦੇ ਚਿਹਰੇ 'ਤੇ ਜਿਹੜੀ ਇੱਕ ਮੁਸਕਰਾਹਟ ਜਿਹੜੀ ਆ ਉਹ ਬਣੀ ਰਹੇ। ਅਤੇ ਸੋ ਦੋਸਤੋ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਬਹੁਤ ਤੁਹਾਡਾ ਪਿਆਰ ਮਿਲੇਗਾ ਜੀ। ਇਸ ਸਾਲ ਦੇ ਵਿੱਚ ਕੋਸ਼ਿਸ਼ ਕਰਾਂਗਾ ਮੈਂ ਵੱਧ ਤੋਂ ਵੱਧ ਜਿਹੜੇ ਵਲੋਗ ਜਿਹੜੇ ਮੈਂ ਤੁਹਾਡੇ ਕੋਲ ਲੈ ਕੇ ਆਵਾਂ, ਜਿੰਨੇ ਵੀ ਜੇ ਹਾਸੇ ਖੇਡੇ ਵਾਲੇ ਜਾਂ ਜੋ ਵੀ ਆਇਆ, ਤੁਹਾਡੇ ਰੂਬਰੂ ਹੋ ਕੇ ਰੂਬਰੂ ਹੋਈਏ, ਕਿਉਂਕਿ ਕਾਫੀ ਟਾਈਮ ਹੋ ਗਿਆ ਤੁਹਾਡੇ ਰੂਬਰੂ ਨਹੀਂ ਹੋਏ ਹੈਗੇ। ਅਤੇ ਸੋ ਦੋਸਤੋ, ਅੱਜ ਤੋਂ ਜਿਹੜੇ ਕੋਸ਼ਿਸ਼ ਇਹ ਹੋਏਗੀ ਰੋਜ਼ ਦਾ ਇੱਕ ਵਲੋਗ ਜਿਹੜਾ ਉਹ ਜ਼ਰੂਰ ਪਾਇਆ ਜਾਵੇ, ਅਤੇ ਜਿੰਨੀ ਤੋਂ ਜਲਦੀ ਕੋਸ਼ਿਸ਼ ਹੁੰਦੀ ਆ। ਅਤੇ ਸੋ ਦੋਸਤੋ, ਮੈਂ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨਾ ਜਿਹੜਾ ਪਿਆਰ ਬਖਸ਼ਿਆ ਛੋਟੇ ਜਿਹੇ ਭਰਾ ਨੂੰ, ਆਪਣੇ ਨੂੰ। ਅਤੇ ਇਸੇ ਤਰ੍ਹਾਂ ਆਪਣੇ ਭਰਾ ਨੂੰ ਜਿਹੜਾ ਪਿਆਰ ਬਖਸ਼ਦੇ ਰਹੋ, ਪਿਆਰ ਦਿੰਦੇ ਰਹੋ ਭਰਾ ਆਪਣੇ ਨੂੰ। ਅਤੇ ਸੋ ਦੋਸਤੋ ਜੀ, ਮੈਂ ਬਹੁਤਾ ਟਾਈਮ ਤੁਹਾਡਾ ਨਹੀਂ ਲਵਾਂਗਾ, ਅਤੇ ਹੁਣ ਮਿਲਾਂਗੇ ਤੁਹਾਨੂੰ ਫਿਰ ਅਗਲੇ ਬਲੌਗ ਦੇ ਉੱਤੇ। ਅਤੇ 19 ਦਿਨ ਤੱਕ ਸਾਰਿਆਂ ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਆਪਣੇ ਧਿਆਨ ਜਿਹੜਾ ਸਿਹਤ ਦਾ ਧਿਆਨ ਰੱਖੋ, ਸਾਰੇ ਆਪਣੇ ਪਰਿਵਾਰ ਦੇ ਵਿੱਚ ਨਵੇਂ ਸਾਲ ਦੇ ਆ ਖੁਸ਼ੀਆਂ ਮਨਾਓ ਜਾਂ, ਹੈ ਨਾ। ਅਤੇ ਕਾਫੀ ਚੰਗਾ ਲੱਗਦਾ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਨਾ ਕੇ, ਆਪਣੇ ਪਰਿਵਾਰ ਦੇ ਵਿੱਚ ਰਹੋ, ਆਪਣੇ ਘਰ ਦੇ ਵਿੱਚ ਰਹਿ ਕੇ, ਆਪਣੇ ਪਰਿਵਾਰ ਮਾਂ ਪਿਓ ਬੱਚਿਆਂ ਭੈਣ ਭਰਾਵਾਂ ਦੇ ਨਾਲ ਸਾਰਿਆਂ ਨਾਲ ਰਹਿ ਕੇ ਆਪਣੇ ਜਿਹੜੀਆਂ ਸਾਂਝਾ ਕਰੋ ਇਸ ਦਿਨ ਨੂੰ। ਅਤੇ ਅੱਜ ਦਾ ਜਿਹੜਾ ਦਿਨ ਆ ਬਹੁਤ ਵੱਡਾ ਦਿਨ ਆ, ਕਿਉਂਕਿ 2023 ਜਿਹੜਾ ਸਾਡੇ ਵਿੱਚ ਆ ਚੁੱਕਿਆ। 2022 ਨੂੰ ਤਾਂ ਅਸੀਂ ਬਾਏ ਬਾਏ ਕਰਤਾ, 22 ਨੂੰ ਬਾਏ ਬਾਏ, ਅਤੇ 23 ਨੂੰ ਜਿਹੜਾ ਆ ਉਹ ਅਸੀਂ ਸਲੂਟ ਮਾਰ ਕੇ ਕਹਿੰਦੇ ਕੁ ਜੀ ਆਇਆ ਨੂੰ। ਅਤੇ ਸੋ ਦੋਸਤੋ, ਬਸ ਇਹੋ ਤੁਹਾਡੇ ਕੇ ਇੱਕ ਛੋਟਾ ਜਿਹਾ ਵਲੋਗ ਲੈ ਕੇ ਆਇਆ ਸੀਗਾ, ਅਤੇ ਮੇਰੇ ਵਲੋਗ ਨੂੰ ਵੱਧ ਤੋਂ ਵੱਧ ਪਿਆਰ ਕਰਿਓ ਜੀ। ਅਤੇ ਸੋ ਦੋਸਤੋ, ਬਾਏ ਬਾਏ ਬਾਏ, ਸਤਿ ਸ਼੍ਰੀ ਅਕਾਲ।